अज एक उस इंसान का जिहड़ा जमीन नाल जुड़िया इंसान एक आम घर चों जिहड़ा कि रवायती पार्टियां जां कदी वेख्या भी नहीं ते कदी सुनिया भी नहीं एक मिसाल पैदा हो गई है कि जिहड़ा पार्टी लई काम करू भावें उह छोटा वर्कर आ वड्डा वर्कर आ अमीर आ गरीब आ भावें उह किसी भी परिवार नाल संबंध रखता उहनूं उहदा बणदा मान सन्मान आम आदमी पार्टी जरूर देंदी है। ਜੇ ਆਪਾਂ ਕਹੀਏ ਵੀ ਬਾਹਰੋਂ ਬਾਹਰੋਂ ਕਿੱਥੋਂ ਇਹ ਪਾਕਿਸਤਾਨ ਤੋਂ ਥੋੜਾ ਆ ਰਜਿੰਦਰ ਸਿੰਘ ਉਤਮਾ ਤਰਨ ਤਾਰਨ ਜ਼ਿਲ੍ਹੇ ਦਾ ਹੀ ਆ ਤੇ ਜਦੋਂ ਆਪਾਂ ਕਿਸੇ ਦੇ ਅਹੁਦੇ ਮਿਲੇ ਤੇ ਖੁਸ਼ ਹੁੰਦੇ ਹਾਂ ਤੇ ਪ੍ਰਮਾਤਮਾ ਵੀ ਕਿਰਪਾ ਕਰਦਾ ਔਰ ਪਾਰਟੀ ਵੀ ਵੇਖ ਲੈਂਦੀ ਹੈ ਵੀ ਵਾਕਈ ਇਹ ਬੰਦੇ ਪਾਰਟੀ ਦੇ ਵਫ਼ਾਦਾਰ ਬੰਦੇ ਨੇ ਵਫ਼ਾਦਾਰ ਉਹ ਹੁੰਦਾ ਜੇ ਕੋਈ ਗੱਲ ਹੋਵੇ ਉਹ ਬਹਿ ਕੇ ਪਾਰਟੀ 'ਚ ਕਰੇ ਘਰੇ ਬਹਿ ਕੇ ਗੱਲ ਕਰੇ ਇਹ ਨਹੀਂ ਹੁੰਦਾ ਕਿ ਆਪਾਂ ਰੋਡਾਂ ਤੇ ਜਾ ਕੇ ਰੌਲਾ ਪਾਉਣ ਲੱਗ ਪਈਏ ਤੇ ਜਿਹੜੇ ਵੀ ਬੰਦੇ ਨੇ ਮੈਂ ਉਹਨਾਂ ਨੂੰ ਝੇਕਣਾ ਲਾ ਕੇ ਇੱਥੇ ਨਾਲ ਲੈ ਕੇ ਆਵਾਂਗੇ ਜਿਹੜੇ ਉਹਨਾਂ ਦੇ ਕੰਮ ਕਾਰ ਉਹ ਵੀ ਕਰਾਵਾਂਗੇ ਰਜਿੰਦਰ ਸਿੰਘ ਉਸਮੇ ਤੋਂ ਹੋਰ ਵੀ ਜੇ ਕੋਈ ਉਹਨਾਂ ਦਾ ਕੰਮ ਕਾਰ ਆ ਬਾਕੀ ਆਉਣ ਵਾਲੇ ਸਮੇਂ 'ਚ ਜੇ ਜਿਹੜੇ ਜਿਹੜੇ ਬੰਦਿਆਂ ਮਿਹਨਤ ਕੀਤੀ ਉਹਨਾਂ ਦੇ ਮਿਹਨਤ ਆਉਣੇ ਉਹਨਾਂ ਨੂੰ ਮਿਲਣ ਮੈਂ ਪਹਿਲਾਂ ਤਾਂ ਧੰਨਵਾਦ ਕਰਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਹੜੇ ਸਾਡੇ ਨੈਸ਼ਨਲ ਕਨਵੀਨਰ ਨੇ ਸਾਡੇ ਹਰਮਨ ਪਿਆਰੇ ਨੇਤਾ ਨੇ ਉਹਨਾਂ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਰਾਜ ਸਭਾ ਮੈਂਬਰ ਰਾਘਵ ਚੱਡਾ ਜੀ ਦਾ ਜਿਨ੍ਹਾਂ ਨੇ ਮਿਹਨਤ ਕੀਤੀ ਆ ਰਜਿੰਦਰ ਸਿੰਘ ਉਸਮਾਨ ਨੇ ਲੰਮਾ ਸਮਾਂ ਮਿਹਨਤ ਕੀਤੀ ਲਗਭਗ 10 ਸਾਲ ਪਾਰਟੀ ਲਈ ਦਿਨ ਰਾਤ ਕੰਮ ਕੀਤਾ ਆਪਦਾ ਪਰਿਵਾਰ ਆਪਦਾ ਕਾਰੋਬਾਰ ਸਾਰਾ ਕੁਝ ਛੱਡ ਕੇ ਦਿਨ ਰਾਤ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਵਿਚਰਦੇ ਰਹੇ ਤੇ ਇਹਨਾਂ ਨੂੰ ਅੱਜ ਇੰਪਰੂਵਮੈਂਟ ਟਰੱਸਟ ਦੀ ਜਿਹੜੀ ਚੇਅਰਮੈਨੀ ਦੀ ਜ਼ਿੰਮੇਵਾਰੀ ਮਿਲੀ ਆ ਮੈਂ ਇਹਨਾਂ ਨੂੰ ਵੀ ਲੱਖ ਲੱਖ ਵਧਾਈ ਦਿੰਦਾ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਤੇ ਇਹਨਾਂ ਨੂੰ ਵਧਾਈ ਦਿੰਦਾ ਤੇ ਗਾਂ ਜਿਹੜੇ ਹੋਰ ਵੀ ਸਾਡੇ ਆਗੂ ਨੇ ਉਹਨਾਂ ਨੂੰ ਵੀ ਇਹ ਗਾਂ ਆਉਣ ਵਾਲੇ ਸਮੇਂ 'ਚ ਸੰਕੇਤ ਨੇ ਕਿ ਜਿਹੜਾ ਜਿਹੜਾ ਇਨਸਾਨ ਮਿਹਨਤ ਕਰੂ ਪਾਰਟੀ ਦੀ ਦਿਨ ਰਾਤ ਕੰਮ ਕਰੂ ਉਹਨੂੰ ਉਹਦੀ ਮਿਹਨਤ ਨੂੰ ਵੇਖ ਕੇ ਉਹਦੇ ਕੰਮ ਨੂੰ ਵੇਖ ਕੇ ਉਹਨੂੰ ਉਹਦਾ ਮਿਹਨਤਾਨਾ ਉਹਦਾ ਜੋ ਵੀ ਹੱਕ ਅਧਿਕਾਰ ਮਿਲਦਾ ਉਹਨੂੰ ਉਸ ਜਗ੍ਹਾ 'ਤੇ ਐਡਜਸਟ ਕੀਤਾ ਜਾਊਗਾ ਤੇ ਮੈਂ ਸਮੂਹ ਤਰਨ ਤਾਰਨ ਜ਼ਿਲ੍ਹੇ ਦੇ ਜਿੰਨੇ ਵੀ ਸਾਡੇ ਚੇਅਰਮੈਨ ਸਾਹਿਬ ਨੇ ਸਾਡੇ MLA ਸਾਹਿਬ ਜਿੰਨੇ ਵੀ ਸਾਡੇ ਨਿਯੁਕਤੀਆਂ ਮਿਲੀਆਂ ਅਹੁਦਿਆਂ 'ਤੇ ਬਿਰਾਜਮਾਨ ਨੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਕਿ ਅੱਜ ਇੱਕ ਉਸ ਇਨਸਾਨ ਦਾ ਜਿਹੜਾ ਜ਼ਮੀਨ ਨਾਲ ਜੁੜਿਆ ਇਨਸਾਨ ਇੱਕ ਆਮ ਘਰ ਚੋਂ ਜਿਹੜਾ ਕਿ ਰਵਾਇਤੀ ਪਾਰਟੀਆਂ ਜਾਂ ਕਦੀ ਵੇਖਿਆ ਵੀ ਨਹੀਂ ਤੇ ਕਦੀ ਸੁਣਿਆ ਵੀ ਨਹੀਂ ਇਹ ਇੱਕ ਮਿਸਾਲ ਪੈਦਾ ਹੋ ਗਈ ਆ ਕਿ ਜਿਹੜਾ ਪਾਰਟੀ ਲਈ ਕੰਮ ਕਰੂ ਭਾਵੇਂ ਉਹ ਛੋਟਾ ਵਰਕਰ ਆ ਵੱਡਾ ਵਰਕਰ ਆ ਅਮੀਰ ਆ ਗਰੀਬ ਆ ਭਾਵੇਂ ਉਹ ਕਿਸੇ ਵੀ ਪਰਿਵਾਰ ਨਾਲ ਸੰਬੰਧ ਰੱਖਦਾ ਉਹਨੂੰ ਉਹਦਾ ਬਣਦਾ ਮਾਣ ਸਨਮਾਨ ਆਮ ਆਦਮੀ ਪਾਰਟੀ ਜ਼ਰੂਰ ਦਿੰਦੀ ਆ ਤੇ ਮੈਂ ਰਜਿੰਦਰ ਸਿੰਘ ਉਸਮਾ ਜੀ ਨੂੰ ਚੇਅਰਮੈਨ ਜਿਹੜੇ ਸਾਡੇ ਇੰਪਰੂਵਮੈਂਟ ਟਰੱਸਟ ਦੇ ਬਣੇ ਆ ਇਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਤਨਦੇਹੀ ਨਾਲ ਇਮਾਨਦਾਰੀ ਨਾਲ ਜਿਵੇਂ ਅੱਗੇ ਕੰਮ ਕਰਦੇ ਰਹੇ ਆ ਉਸੇ ਤਰ੍ਹਾਂ ਤਰਨ ਤਾਰਨ ਜ਼ਿਲ੍ਹੇ ਨੂੰ ਤਰਨ ਤਾਰਨ ਸ਼ਹਿਰ ਨੂੰ ਬੁਲੰਦੀਆਂ ਤੇ ਲੈ ਕੇ ਜਾਣ ਲਈ ਫਿਰ ਦਿਨ ਰਾਤ ਮਿਹਨਤ ਉਹਨਾਂ ਦੇ ਵਲੰਟੀਅਰ ਉਹਨਾਂ ਦੇ ਸਾਥੀ ਸਾਰੇ ਵਿਰੋਧ ਕਰਨ ਦੇ ਬਿਲਕੁਲ ਸਾਹਮਣੇ ਸਪੀਕਰ ਲਾ ਗਏ ਦੇਖੋ ਰਜਿੰਦਰ ਸਿੰਘ ਉਸਮਾ ਤਰਨ ਤਾਰਨ ਜ਼ਿਲ੍ਹੇ ਦੀ ਗੱਲ ਆਪਾਂ ਕਰੀਏ ਤੇ ਪੱਟੀ ਹਲਕਾ ਤਰਨ ਤਾਰਨ ਜ਼ਿਲ੍ਹੇ 'ਚ ਆ ਤੇ ਇਹਨਾਂ ਦਾ ਪਿੰਡ ਉਸਮਾ ਬਿਲਕੁਲ ਤਰਨ ਤਾਰਨ ਤੋਂ ਮੈਨੂੰ ਲੱਗਦਾ ਇੱਥੋਂ 8-10 ਕਿਲੋਮੀਟਰ ਵੀ ਨਹੀਂ ਹੋਣਾ ਤੇ ਜੇ ਆਪਾਂ ਪਹਿਲਾਂ ਦੀ ਗੱਲ ਕਰੀਏ ਤੇ ਜਨਰਲ ਸਕੱਤਰ ਦੇ ਤੌਰ ਤੇ ਇਹਨਾਂ ਨੇ ਪੱਟੀ ਹਲਕੇ ਦੀ ਬੜੀ ਲੰਮਾ ਸਮਾਂ ਸੇਵਾ ਕੀਤੀ ਆ ਤੇ ਜੇ ਆਪਾਂ ਕਹੀਏ ਵੀ ਬਾਹਰੋਂ ਬਾਹਰੋਂ ਕਿੱਥੋਂ ਇਹ ਪਾਕਿਸਤਾਨ ਤੋਂ ਥੋੜਾ ਆ ਰਜਿੰਦਰ ਸਿੰਘ ਉਸਮਾ ਤਰਨ ਤਾਰਨ ਜ਼ਿਲ੍ਹੇ ਦਾ ਹੀ ਆ ਪੱਟੀ ਹਲਕੇ ਦਾ ਤੇ ਜਿਹਨੇ ਮਿਹਨਤ ਕੀਤੀ ਉਹਨੂੰ ਮਿਹਨਤਾਨਾ ਤੇ ਮਿਲਣਾ ਹੀ ਮਿਲਣਾ ਨਾ ਜੇ ਰਾਜਾ ਸਾਂਸੀ ਵੇਖੋ ਵੇਖੋ ਤਰਨ ਤਾਰਨ ਜ਼ਿਲ੍ਹੇ 'ਚ ਰਾਜਾ ਸਾਂਸੀ ਨਹੀਂ ਪੈਂਦਾ ਰਾਜਾ ਸਾਂਸੀ ਅੰਮ੍ਰਿਤਸਰ ਜ਼ਿਲ੍ਹੇ 'ਚ ਪੈਂਦਾ ਪੱਟੀ ਹਲਕਾ ਤਰਨ ਤਾਰਨ ਜ਼ਿਲ੍ਹੇ 'ਚ ਪੈਂਦਾ ਆ ਤੇ ਜ਼ਿਲ੍ਹੇ ਵਾਲਾ ਹੀ ਲੱਗਣਾ ਚਾਹੀਦਾ ਜ਼ਿਲ੍ਹੇ ਦੇ ਵਿੱਚ ਜ਼ਿਲ੍ਹੇ ਤੋਂ ਬਾਹਰਲਾ ਨਹੀਂ ਲੱਗਣਾ ਚਾਹੀਦਾ ਹੁਣ ਵੇਖੋ ਜਿੰਨੇ ਸਾਡੇ ਚੇਅਰਮੈਨ ਸਾਹਿਬ ਨੇ ਜਿੰਨੇ ਸਾਡੇ ਮੇਨ ਆਗੂ ਨੇ ਉਹ ਸਾਰੇ ਨਾਲ ਆਏ ਆ ਤਾਜਪੋਚੀ ਹੋਈ ਆ MLA ਵੇਖੋ ਲਾਲਪੁਰਾ ਸਾਹਿਬ ਦੀ ਮੀਟਿੰਗ ਆ ਉਹ ਚੰਡੀਗੜ੍ਹ ਗਏ ਆ ਸੀਐਮ ਸਾਹਿਬ ਨਾਲ ਮੀਟਿੰਗ ਸੀ ਤੇ ਸਾਡੇ ਧੋਨ ਸਾਹਿਬ ਆ ਰਹੇ ਆ ਉਹ ਤਾਂ ਅੰਮ੍ਰਿਤਸਰੋਂ ਤੁਰ ਪਏ ਆ ਜਾਣਗੇ 10-20 ਮਿੰਟ ਦੇ ਵਿੱਚ ਸਾਰੇ ਖੁਸ਼ ਨੇ ਖੁਸ਼ੀ ਦੀ ਵੇਖੋ ਸੋਹਲ ਸਾਹਿਬ ਖੁਸ਼ ਨੇ ਮੇਰੇ ਵੱਡੇ ਭਰਾ ਨੇ ਉਹਨਾਂ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਮੇਰੇ ਸਤਿਕਾਰਯੋਗ ਨੇ ਮੇਰੇ ਵੱਡੇ ਭਰਾਵਾਂ ਨੂੰ ਵੀ ਮੈਂ ਤਾਂ ਕਹੂੰਗਾ ਮੇਰੇ ਪਿਤਾ ਸਮਾਨ ਨੇ ਵੀ ਵੱਡੀ ਉਮਰ ਦੇ ਆ ਬਜ਼ੁਰਗ ਨੇ ਸਾਡੇ ਤੇ ਉਹਨਾਂ ਦਾ ਮੈਂ ਸਤਿਕਾਰ ਕਰਦਾ ਉਹਨਾਂ ਬਾਰੇ ਮੈਂ ਵੈਸੇ ਕੁਝ ਨਹੀਂ ਕਹਿ ਸਕਦਾ ਨਹੀਂ ਮੈਂ ਤੇ ਉਹਨਾਂ ਨੂੰ ਮੈਂ ਦਿਲੋਂ ਸਤਿਕਾਰ ਕਰਦਾ ਸੋਹਲ ਸਾਹਿਬ ਦਾ ਬਾਕੀ ਜਿਹੜੇ ਪੁਰਾਣੇ ਵਲੰਟੀਅਰ ਨੇ ਜਿੰਨੇ ਵੀ ਉਹਨਾਂ ਸਾਰਿਆਂ ਨੂੰ ਉਹਨਾਂ ਦਾ ਮਾਣ ਮਿਲਣਾ ਮੈਂ ਤੇ ਉਹਨਾਂ ਨੂੰ ਬੇਨਤੀ ਕਰਦਾ ਕਿ ਸਗੋਂ ਵਿਰੋਧ ਨਹੀਂ ਕਰਨਾ ਚਾਹੀਦਾ ਜੱਫੀ ਪਾਉਣੀ ਚਾਹੀਦੀ ਆ ਕੇ ਭਰਾ ਨੂੰ ਵਧਾਈਆਂ ਦੇਣ ਤੇ ਜਦੋਂ ਆਪਾਂ ਕਿਸੇ ਦੇ ਅਹੁਦੇ ਮਿਲੇ ਤੇ ਖੁਸ਼ ਹੁੰਦੇ ਹਾਂ ਤੇ ਪ੍ਰਮਾਤਮਾ ਵੀ ਕਿਰਪਾ ਕਰਦਾ ਔਰ ਪਾਰਟੀ ਵੀ ਵੇਖ ਲੈਂਦੀ ਹੈ ਵੀ ਵਾਕਈ ਇਹ ਬੰਦੇ ਪਾਰਟੀ ਦੇ ਵਫ਼ਾਦਾਰ ਬੰਦੇ ਨੇ ਵਫ਼ਾਦਾਰ ਉਹ ਹੁੰਦਾ ਜੇ ਕੋਈ ਗੱਲ ਹੋਵੇ ਉਹ ਬਹਿ ਕੇ ਪਾਰਟੀ 'ਚ ਕਰੇ ਘਰੇ ਬਹਿ ਕੇ ਗੱਲ ਕਰੇ ਇਹ ਨਹੀਂ ਹੁੰਦਾ ਕਿ ਆਪਾਂ ਰੋਡਾਂ ਤੇ ਜਾ ਕੇ ਰੌਲਾ ਪਾਉਣ ਲੱਗ ਪਈਏ ਤੇ ਜਿਹੜੇ ਵੀ ਬੰਦੇ ਨੇ ਮੈਂ ਉਹਨਾਂ ਨੂੰ ਝੇਕਣਾ ਲਾ ਕੇ ਇੱਥੇ ਨਾਲ ਲੈ ਕੇ ਆਵਾਂਗੇ ਜਿਹੜੇ ਉਹਨਾਂ ਦੇ ਕੰਮ ਕਾਰ ਉਹ ਵੀ ਕਰਾਵਾਂਗੇ ਰਜਿੰਦਰ ਸਿੰਘ ਉਸਮੇ ਤੋਂ ਹੋਰ ਵੀ ਜੇ ਕੋਈ ਉਹਨਾਂ ਦਾ ਕੰਮ ਕਾਰ ਆ
ਬਾਕੀ ਆਉਣ ਵਾਲੇ ਸਮੇਂ ਚ ਜਿਹੜੇ ਜਿਹੜੇ ਬੰਦੇ ਮਿਹਨਤ ਕੀਤੀ ਉਹਨਾਂ ਦੇ ਮਿਹਨਤਾਂ ਨੇ ਉਹਨਾਂ ਨੂੰ ਮਿਲਣਗੇ। ਵੇਖੋ ਵਿਰੋਧ ਵਾਲੇ ਤੇ ਦੋ ਤੇ ਮੌਜੂਦਾ ਐਮ ਸੀ ਆ ਅਕਾਲੀ ਦਲ ਦੇ, ਵਿਰੋਧ ਸਾਡੇ ਬੰਦੇ ਥੋੜਾ ਕਰਦੇ ਆ, ਉਹਦੇ ਆਪਾਂ ਨੂੰ ਪਤਾ ਹੀ, ਜਿਹੜੇ ਬੰਦੇ ਤੁਹਾਨੂੰ ਵੀ ਪਤਾ ਹੀ ਆ। ਨਹੀਂ ਨਹੀਂ ਵੇਖੋ ਮੇਰੀ ਗੱਲ ਸੁਣੋ, ਮੇਰੀ ਸਾਨੂੰ ਸਾਰਿਆਂ ਦੀ ਲੋੜ ਆ, ਪਰ ਗੱਲ ਇਹ ਕਰਦੇ ਜਿਹੜੇ ਵਿਰੋਧ ਕਰਦੇ, ਜਾਂ ਤੇ ਕੋਈ ਹੋਵੇ ਨਾ 12-13 ਦਾ ਤੁਰਿਆ ਬੰਦਾ ਵਿਰੋਧ ਕਰੇ, ਫੱਪਦਾ ਵੀ ਮੈਂ ਪਹਿਲਾਂ ਤੁਰਿਆ ਤੇ ਮੈਨੂੰ ਪਿੱਛੇ ਕਰਤਾ। ਬੰਦੇ ਅਕਾਲੀ ਦਲ ਦੇ ਮੌਜੂਦਾ ਤੋਂ ਐਮ ਸੀ ਆ, ਬਾਕੀ ਸਾਡੇ ਭਰਾ ਸਾਨੂੰ ਸਾਰਿਆਂ ਦੀ ਲੋੜ ਆ, ਭਾਵੇਂ ਕੋਈ ਅਕਾਲੀ ਦਲ ਚ ਆ ਕਾਂਗਰਸ ਆ, ਅਸੀਂ ਸਾਰਿਆਂ ਨੂੰ ਹੇਕਣਾ ਲਾਵਾਂਗੇ 24 ਦੀਆਂ ਇਲੈਕਸ਼ਨਾਂ ਚ, ਇਹਨਾਂ ਭਰਾਵਾਂ ਨੂੰ ਅੱਗੇ ਲਾ ਕੇ ਇਲੈਕਸ਼ਨ ਲੜਾਂਗੇ। ਬਿਲਕੁਲ ਕੀਤੀ ਆ ਜੀ, ਉਹਨਾਂ ਨੂੰ ਖੁਦ ਪਤਾ ਆ, ਗਿੱਲ ਪਹਿਲਾਂ ਸਾਡਾ ਆਫਿਸ ਸੀ, ਚਾਰੇ ਹਲਕੇ ਮੈਂ ਦੇਖਦਾ ਸੀ, ਕੋਈ ਵੀ ਇਵੈਂਟ ਆਉਂਦਾ ਸੀ ਪ੍ਰਧਾਨ ਜੀ ਹੋਣਾ ਵੱਲੋਂ ਮੈਨੂੰ ਗਾਂ ਕਰਦੇ ਸੀ, ਮੈਂ ਸਾਰੇ ਮੈਸੇਜ ਲਾਉਂਦਾ ਰਿਹਾ ਇਹਨਾਂ ਨੂੰ, ਮੈਂ ਸਾਰੀਆਂ ਕਾਲਾਂ ਕਰਦਾ ਰਿਹਾ, ਮੈਂ ਇੱਕ ਦਿਨ ਵੀ ਮੱਥੇ ਤਿਉੜੀ ਨਹੀਂ ਪਾਈ ਸੋਲ ਸਾਹਿਬ ਵਾਸਤੇ, ਉਹ ਵੀ ਨਹੀਂ ਮੇਰੇ ਵਾਸਤੇ ਪਾਉਂਦਾ, ਕੋਈ ਨਹੀਂ ਕੋਈ ਗਿਲੇ ਸ਼ਿਕਵੇ ਹੁੰਦੇ ਬਹਿ ਕੇ ਕਰ ਲਾਂਗੇ।